ਮੈਂ ਸਰਵਣ ਸਿੰਘ ਪੰਧੇਰ ਦੋਵਾਂ ਮੋਰਚਿਆਂ ਵੱਲੋਂ ਜਿਹੜਾ ਪੀਸਫੁਲੀ ਢੰਗ ਨਾਲ ਸਵਾਲ ਜਵਾਬ ਦਾ ਐਲਾਨ ਹੋਇਆ ਸੀਗਾ ਉਹਦੇ ਤਹਿਤ ਅੱਜ ਪੰਜੋਖੜਾ ਸਾਹਿਬ ਦੇ ਨੀਅਰ ਪਵਨ ਸੈਨੀ ਕੋ ਵਿਧਾਇਕ ਹੈ ਦੱਸੇ ਜਾ ਰਹੇ ਉੱਥੇ ਕਿਸਾਨ ਸਵਾਲ ਕਰਨ ਲਈ ਜਾ ਰਹੇ ਸੀਗੇ ਤੋ ਉੱਥੇ ਹਰਿਆਣੇ ਦੀ ਪੁਲਿਸ ਨੇ ਜਬਰ ਕੀਤਾ ਹੈਗਾ ਵਾ ਲਾਠੀਚਾਰਜ ਕੀਤਾ ਜੋ ਸੁਣਨ ਵਿੱਚ ਆ ਰਿਹਾ ਕਿਸਾਨਾਂ ਨੂੰ ਪੰਜੋਖੜਾ ਥਾਣੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਵਾ ਔਰ ਟਰੈਕਟਰ ਵੀ ਕੁਛ ਜਿਹੜੇ ਆ ਉਹਨਾਂ ਆਪਣਾ ਹਿਰਾਸਤ ਵਿੱਚ ਲਏ ਆ ਸੋ ਇਸ ਕਰਕੇ ਕੇਂਦਰ ਦੀ ਸਰਕਾਰ ਨੂੰ ਅਤੇ ਹਰਿਆਣੇ ਦੀ ਸਰਕਾਰ ਨੂੰ ਚੇਤਾਵਨੀ ਆ ਵੀ ਉਹ ਤੁਰੰਤ ਕਿਸਾਨਾਂ ਨੂੰ ਰਿਹਾਅ ਕਰਨ ਔਰ ਜਮਹੂਰੀ ਢੰਗ ਨਾਲ ਆਪਦੀ ਗੱਲ ਕਰਨ ਦਾ ਹੱਕ ਦੇਣ ਨਹੀਂ ਤਾਂ ਫਿਰ ਕੋਈ ਤਿੱਖੇ ਐਕਸ਼ਨ ਦਾ ਵੀ ਐਲਾਨ ਕੀਤਾ ਜਾ ਸਕਦਾ ਔਰ ਇਸ ਹਰਿਆਣਾ ਪੁਲਿਸ ਦੀ ਚੋਣਾਂ ਦੇ ਵਿੱਚ ਵੀ ਸੈਣੀ ਸਰਕਾਰ ਖੱਟੜ ਹੋਣਾ ਦੀ ਸਰਕਾਰ ਮੋਦੀ ਅਤੇ ਅਮਿਤ ਸ਼ਾਹ ਦੀ ਸਰਕਾਰ ਕਿਸਾਨਾਂ 'ਤੇ ਜਬਰ ਢਾ ਰਹੀ ਆ ਇਹਦੀ ਨਿੰਦਾ ਕਰਦੇ ਹਾਂ ਧੰਨਵਾਦ।